ਹੁਸ਼ਿਆਰਪੁਰ ਦੇ ਨਸੂਹਾ ਪੁਲਿਸ ਅਤੇ CIA ਸਟਾਫ ਨੇ ਇੱਕ ਸਾਂਝੇ ਨਾਕੇ ਤੇ ਸੈਂਟਰੋ ਕਾਰ 'ਚ ਦੋ ਲੋਕਾਂ ਦੀ ਤਲਾਸ਼ੀ ਦੌਰਾਨ 170 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਫੜੇ ਗਏ ਦੋਨੋਂ ਆਰੋਪੀ ਗੁਰਦਾਸਪੁਰ ਨਾਲ ਸੰਬੰਧ ਰੱਖਦੇ ਹਨ। ਉੱਥੇ ਦਸੂਹਾ ਪੁਲਿਸ ਨੇ ਆਰੋਪੀਆਂ 'ਤੇ ਮਾਮਲਾ ਦਰਜ ਕਰ ਦੋਨਾਂ ਨੂੰ ਰਿਮਾਂਡ ਵਿੱਚ ਲੈ ਲਿਆ। ਸਮੇਤ SI ਅਸ਼ਨੀ ਕੁਮਾਰ ਧਨੋਆ ਪੁਲ 'ਤੇ ਮੋਰਨਿੰਗ ਸਮੇਂ ਨਾਕਾਬੰਦੀ 'ਤੇ ਮੌਜੂਦ ਸੀ ਕਿ ਭੈਣੀ ਮੀਆਂ ਖਾਂ ਦੀ ਤਰਫੋਂ ਇੱਕ ਕਾਰ ਸੈਂਟਰੋ HP 3820-7070 ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਲੇਕਿਨ ਉਹਨਾਂ ਨੇ ਕਾਰ ਭਜਾ ਦੀ, ਜਿਸ ਦਾ ਪਿੱਛਾ ਕਰਨ 'ਤੇ ਅੱਗੇ ਕਾਰ ਜਾ ਕੇ ਕਾਬੂ ਕੀਤੀ ਅਤੇ ਕਾਰ ਦੇ ਵਿੱਚੋਂ ਇੱਕ ਨੌਜਵਾਨ ਦੌੜ ਗਿਆ, ਜਿਸ ਨੂੰ SI ਅਸ਼ਨੀ ਕੁਮਾਰ ਨੇ ਅੱਗੇ ਜਾ ਕੇ ਕਾਫੀ ਦੂਰ ਜਾ ਕੇ ਉਸਦਾ ਪਿੱਛਾ ਕਰਕੇ ਉਸਨੂੰ ਕਾਬੂ ਕੀਤਾ ਅਤੇ ਸੰਨੀ ਕੁਮਾਰ ਜੋ ਮੌਕੇ 'ਤੇ ਫੜਿਆ ਗਿਆ ਉਸਦੀ ਤਲਾਸ਼ੀ ਕਰਨ 'ਤੇ ਉਸ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਅਸ਼ਨੀ ਕੁਮਾਰ ਕੋਲ ਨੇ ਤਲਾਸ਼ੀ ਜਦੋਂ ਕੀਤੀ ਤਾਂ ਉਹਦੇ ਕੋਲੋਂ 160 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਦੇ ਖਿਲਾਫ NDPS ਐਕਟ ਦੇ ਤਹਿਤ ਵੱਖ ਵੱਖ ਕੇਸ ਦਰਜ ਕੀਤੇ ਗਏ ਨੇ। ਇੱਥੇ ਇਹ ਗੱਲ ਹੈ, ਜਿਹੜਾ ਸੰਨੀ ਕੁਮਾਰ ਹੈ ਇਹ ਕਤਲ ਦੇ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਜ਼ਮਾਨਤ ਭਰ, ਹਾਈਕੋਰਟ ਤੋਂ ਜ਼ਮਾਨਤ ਭਰ ਆ ਕੇ ਇੱਥੇ ਇਹ ਨਸ਼ੀਲਾ ਪਦਾਰਥ ਵੇਚ ਰਿਹਾ ਹੈ ਪਠਾਨਕੋਟ ਤੋਂ ਆ ਕੇ। ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜਨੋਹਾ ਦੀ ਰਿਪੋਰਟ, ਚੈਨਲ 2।